ਦੁਸ਼ਹਿਰੇ ਨੂੰ ਲੈ ਕੇ ਜਿੱਥੇ ਇੱਕ ਪਾਸੇ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਲਗਾਤਾਰ ਸਿਕਿਉਰਿਟੀ ਲਾਅ ਐਂਡ ਆਰਡਰ ਦੀ ਗੱਲ ਕਰ ਰਹੀ ਹੈ ਲੇਕਿਨ ਦੂਜੇ ਪਾਸੇ ਕੁਝ ਸ਼ਰਾਰਤੀ ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਕੋਸ਼ਿਸ਼ ਕਰ ਰਹੇ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਇੱਕ ਵਾਰ ਫਿਰ ਚੰਡੀਗੜ੍ਹ ਦੇ ਸੈਕਟਰ ਛੈਲੀ ਦੁਸ਼ਹਿਰਾ ਗਰਾਊਂਡ ਦੇ ਵਿੱਚ ਰਾਤ ਦੇਰ ਰਾਤ ਸ਼ਰਾਰਤੀ ਜਿਹੜੇ 4-5 ਮੁੰਡੇ ਸੀਗੇ ਉਹਨਾਂ ਵੱਲੋਂ ਜਿੱਥੇ ਇਹ ਦੁਸ਼ਹਿਰਾ ਗਰਾਊਂਡ ਹੈ ਜਿੱਥੇ ਪੁਤਲੇ ਰੱਖੇ ਹੋਏ ਨੇ ਉੱਥੇ ਰਾਕਟ ਜਿਹੜੇ ਹੈਗੇ ਉਹ ਅ ਸੁੱਟੇ ਗਏ ਹਾਲਾਂਕਿ ਰਾਹ ਦੀ ਗੱਲ ਹੈ ਕਿ ਇਹ ਪੁਤਲੇ ਜਿਹੜੇ ਆ ਉਹ ਬੱਚੇ ਹਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਪੂਰੀ ਕੋਸ਼ਿਸ਼ ਕੀਤੀ ਗਈ ਸੀ ਜਿਹੜੇ 4 ਤੋਂ 5 ਜਿਹੜੇ ਸ਼ਰਾਰਤੀ ਮੁੰਡੇ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਸੀ ਕਿ ਇਹ ਜਿਹੜੇ ਪੁਤਲਿਆਂ ਤੇ ਅੱਗ ਲਾਈ ਜਾਵੇ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ 2 ਸਾਲ ਪਹਿਲਾਂ ਵੀ ਇਸੇ ਥਾਂ ਤੇ ਯਾਨੀ ਕਿ ਦਸ਼ਰਾ ਗਰਾਊਂਡ ਇਸੇ ਥਾਂ ਤੇ ਜਦ ਇਹ ਪੁਤਲੇ ਖੜੇ ਕਰ ਦਿੱਤੇ ਗਏ ਸੀਗੇ ਉਸ ਟਾਈਮ ਵੀ ਤਿੰਨ ਤੋਂ ਚਾਰ ਮੁੰਡੇ ਇੱਥੇ ਪਹੁੰਚਦੇ ਐ ਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹਦੇ ਵਿੱਚ ਨੁਕਸਾਨ ਵੀ ਹੋਇਆ ਸੀਗਾ ਔਰ ਇਸ ਵਾਰ ਫੇਰ ਤੋਂ ਇਸ ਤਰ੍ਹਾਂ ਦਾ ਨੁਕਸਾਨ ਨੁਕਸਾਨ ਜਿਹੜਾ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਰਾਹਤ ਦੀ ਜ਼ਰੂਰ ਗੱਲ ਰਹੀ ਕਿ ਮੌਕੇ ਤੇ ਇੱਥੇ ਜਿਹੜੇ ਲੋਕ ਨੇ ਸਿਕਿਉਰਿਟੀ ਸੀਗੀ ਉਹ ਇੱਥੇ ਪਹੁੰਚ ਗਈ ਤੇ ਪਹੁੰਚ ਕੇ ਉਹ ਮੁੰਡੇ ਜਿਹੜੇ ਹੈਗੇ ਉਹ ਭੱਜ ਗਏ ਹਾਲਾਂਕਿ ਹੁਣ ਪੂਰੀ ਸਿਕਿਉਰਿਟੀ ਜਿਹੜੀ ਵਿਧਾਈ ਗਈ ਹੈ ਕੋਸ਼ਿਸ਼ ਕਰਾਂਗੇ ਜਿਹੜੇ ਇੱਥੇ ਦੇ ਜਿਹੜੇ ਮੈਨੇਜਮੈਂਟ ਦੇ ਲੋਕ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲਾਂਗੇ ਕਿਉਂਕਿ ਬਾਰ-ਬਾਰ ਇਹ ਚੀਜ਼ਾਂ ਨਾ ਹੋਣ ਸਰ ਕਿਉਂਕਿ 2 ਸਾਲ ਪਹਿਲਾਂ ਵੀ ਇਸ ਤਰ੍ਹਾਂ ਦੀ ਚੀਜ਼ ਹੋਈ ਸੀ ਹੁਣ ਦੁਬਾਰਾ ਤੋਂ ਇਸ ਤਰ੍ਹਾਂ ਦੀ ਹੈ ਹੁਣ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਿਕਿਉਰਿਟੀ ਨੂੰ ਲੈ ਕੇ ਜਾਂ ਫਿਰ ਹੋਰ ਚੀਜ਼ਾਂ ਦੀ ਤੁਸੀਂ ਮੰਗ ਕੀਤੀ ਹੈ ਸਿਕਿਉਰਿਟੀ ਦਾ ਤੇ ਇਸ ਤਰ੍ਹਾਂ ਹੈ ਜੀ ਅਸੀਂ ਤੇ ਰਾਤ ਵੀ ਕਿਹਾ ਸੀ ਆਪਣੇ ਪੁਲਿਸ ਵੀ ਆਈ ਤੋਂ ਉਹਨਾਂ ਨੂੰ ਕਿ ਅਸੀਂ ਵੀ ਤੁਸੀਂ ਸਿਕਿਉਰਿਟੀ ਜਿਹੜੀ ਹੈਗੀ ਬੀਫ ਕਰੋ ਹੂੰ ਤੇ ਇੱਥੇ ਅਸੀਂ ਆਪਣੇ ਵੀ ਜਿਹੜੇ ਲਗਾਏ ਹੈਗੇ ਸਿਕਿਉਰਿਟੀ ਵਾਲੇ ਅਸੀਂ ਅੱਜ ਇਨਕਰੀਜ਼ ਕਰ ਰਹੇ ਆਗੇ ਉਹਨਾਂ ਠੀਕ ਹੈ ਪਹਿਲੇ ਪਹਿਲੇ ਦੋ ਬੰਦੇ ਸੀਗੇ ਅੱਜ ਅਸੀਂ ਹੋਰ ਰੱਖਾਂਗੇ ਤੇ ਉਹਦੇ ਵਿੱਚੋਂ ਸਾਡੇ ਦਿਸਾਰਾ ਕਮੇਟੀ ਦੇ ਜਿਹੜੇ ਮੈਂਬਰਸ ਹੈਗੇ ਉਹ ਵੀ ਇੱਥੇ ਰਹਿਣਗੇ ਦੋ ਦੇ ਉਹ ਜ਼ਰੂਰੀ ਹੈ ਕਿਉਂਕਿ ਸਰ ਹੋਇਆ ਕਿਸੇ ਇਨਫੋਰਮੇਸ਼ਨ ਤੁਹਾਨੂੰ ਕੀ ਆਈ ਸੀ ਜਿਹੜੇ ਮੈਂਬਰ ਨੂੰ ਸਾਨੂੰ ਇਨਫੋਰਮੇਸ਼ਨ ਇਹ ਆਈ ਸੀ ਕਿ ਇਸ ਸਾਈਡ ਤੇ ਮੰਡੀ ਲੱਗੀ ਸੀ ਇਧਰੋਂ ਮਤਲਬ ਕਿ ਉਹ ਸ਼ੁਰਰੀ ਜੀ ਮਾਰੀ ਹੈ ਰਾਕਟ ਜੇ ਓਕੇ ਠੀਕ ਹੈ ਨਾ ਤੇ ਜਿਸ ਤਰ੍ਹਾਂ ਹੀ ਉਹਨੂੰ ਦੇਖਿਆ ਸਾਡਾ ਜਿਹੜਾ ਹੈਗੇ ਮੰਦਿਰ ਦੇ ਹੈਗੇ ਸੇਵਾਦਾਰ ਉਹਨਾਂ ਨੇ ਦੇਖਿਆ ਸ਼ੋਰ ਮਚਾਇਆ ਉਹ ਪੰਜ ਬੰਦੇ ਫਿਰ ਉਹ ਗਰਾਊਂਡ ਵੱਲ ਚਲੇ ਗਏ ਭੱਜ ਗਏ ਯਾਨੀ ਉਹਨਾਂ ਦੀ ਸੀਗੀ ਮਨਸ਼ਾ ਕਿ ਬਈ ਕੁਤਰਾਬ ਕਰਨ ਹਾਂ ਬਿਲਕੁਲ अच्छा कोई नुकसान दा नहीं नहीं नुकसान कोई नहीं, नहीं होया इने जे ਸਾਡੇ ਕੋਲ ਸਾਰਾ ਮੈਸੇਜ ਫਲੈਟ ਹੋ ਗਿਆ ਸਾਰੇ ਬੰਦੇ ਇੱਥੇ ਪਹੁੰਚ ਗਏ ਪੁਲਿਸ ਡਿਪਾਰਟਮੈਂਟ ਵੀ ਆਇਆ ਸਾਰੇ ਆਏ ਆ ਦੋ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦੀ ਸਿਚੁਏਸ਼ਨ ਹੋਈ ਸੀ ਆ ਉਹ ਵੀ ਕਰਗੇ ਸੀ ਬਸ ਚਲੋ ਹੁਣ ਕੀ ਕਹਿ ਸਕਦੇ ਹਾਂ ਕੁਝ ਹੈ ਸ਼ਰਾਰਤੀ ਤੱਤ ਜਿੰਨਾ ਦਾ ਉਹ ਇਸ ਚੀਜ਼ ਦਾ ਮਹੱਤਵ ਨਹੀਂ ਪਤਾ ਭਾਈ ਕਿੰਨੀ ਮੁਸ਼ਕਿਲ ਨਾਲ ਕਿੰਨੀ ਮਿਹਨਤ ਨਾਲ ਇਹਨੂੰ ਮੈਨੇਜ ਕੀਤਾ ਜਾਂਦਾ ਪ੍ਰੋਗਰਾਮ ਨੂੰ ਹੈਨਾ ਉਨਾ ਦਾ ਮਾੜਾ ਜਿਹਾ ਮਜ਼ਾਕ ਹੋਇਆ ਤੇ ਸਾਡਾ ਸਾਡਾ ਨੁਕਸਾਨ ਹੋਇਆ ਸਾਡਾ ਨੁਕਸਾਨ ਹੋਇਆ ਤੇ ਹੁਣ ਅੱਜ ਪੁਤਲੇ ਸਰ ਅੱਜ ਹੀ ਖੜੇ ਕਰਾਂਗੇ ਹਾਂ ਅੱਜ ਅਸੀਂ 12 ਵਜੇ ਮਤ ਪੂਜਾ ਹੋਣੀ ਹੈ ਪੂਜਾ ਹੋਣ ਤੋਂ ਬਾਅਦ ਜਿਹੜੇ ਆਗੇ ਉਹ ਪੁਤਲੇ ਖੜੇ ਕਰ ਦੁੱਤੀਆਂ ਇਸ ਦੁਬਾਰਾ ਇਹ ਚੀਜ਼ਾਂ ਨਾ ਹੋਣ ਹਾਲਾਂਕਿ ਜਿੱਦਾਂ ਸਰ ਨੇ ਵੀ ਕਿਹਾ ਕਿ ਕਿਸੇ ਦਾ ਮਜ਼ਾਕ ਹੋ ਜਾਂਦਾ ਹੈ ਲੇਕਿਨ ਸਾਡਾ ਜਿਹੜਾ ਇੰਨੀ ਮਿਹਨਤ ਕੀਤੀ ਹੈ ਪੂਰੇ ਸਾਲ ਦੀ ਮਿਹਨਤ ਹੁੰਦੀ ਹੈ ਲੋਕਾਂ ਦੇ ਜਿਹੜਾ ਸਾਰਿਆਂ ਦੇ ਜਮਾ ਪੂੰਜੀ ਹੁੰਦੀ ਮਿਲਾ-ਮਿਲਾ ਕੇ ਸਾਰੀ ਚੀਜ਼ਾਂ ਕੰਟ੍ਰਿਬਿਊਟ ਕਰਕੇ ਕਰਦੇ ਆ ਲੇਕਿਨ ਕਈ ਜਿਹੜੇ ਸ਼ਰਾਰਤੀ ਅਨਸਰ ਹੈ ਇਸ ਤਰ੍ਹਾਂ ਦੀ ਚੀਜ਼ਾਂ ਕਰਕੇ ਉਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਪੁਲਿਸ ਸਿਕਿਉਰਟੀ ਦੀ ਗੱਲ ਕਰ ਰਹੀ ਹੈ ਸਿਕਿਉਰਟੀ ਡਾਨ ਦੀ ਗੱਲ ਕਰ ਰਹੀ ਹੈ ਲੇਟ ਨਾਈਟ ਕਿਉਂਕਿ ਪਿਛਲੇ ਸਾਲ ਵੀ ਪਿਛਲੇ 2 ਸਾਲ ਪਹਿਲਾਂ ਵੀ ਲੇਟ ਨਾਈਟ ਇਹਦੇ ਦੋ ਤਿੰਨ ਜਿਹੜੇ ਪੁਤਲੇ ਉਹਨਾਂ ਦੇ ਉਹਨਾਂ ਤੋਂ ਟਾਰਗੇਟ ਕੀਤਾ ਗਿਆ ਸੀਗਾ ਤੇ ਇਸ ਵਾਰ ਵੀ ਜਿਹੜੇ 4 ਤੋਂ 5 ਮੁੰਡੇ ਆਏ ਸੀਗੇ ਉਹਨਾਂ ਨੇ ਵੀ ਇਹੀ ਜਿਹੜੇ ਆ ਪੁਤਲੇ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਕੌਣ ਸੀ ਮਨਸ਼ਾ ਕੀ ਸੀ ਮਜ਼ਾਕ ਸੀ ਜਾਂ ਕਿਸ ਤਰ੍ਹਾਂ ਦੀ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹਾਲਾਂਕਿ ਪੁਲਿਸ ਵੀ ਰਾਤ ਪਹੁੰਚੀ ਸੀ ਪੂਰਾ ਇਨਵੈਸਟੀਗੇਸ਼ਨ ਨੇੜੇ ਤੇੜੇ ਜਿੰਨੇ ਵੀ ਸੀਸੀਟੀਵੀ ਫੁਟੇਜ ਹੈ ਉਹਨਾਂ ਨੂੰ ਵੀ ਦੇਖਿਆ ਗਿਆ ਲੇਕਿਨ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਇਸ ਤਰ੍ਹਾਂ ਦੀ ਮਨਸ਼ਾ ਰੱਖਣਾ ਜਾਂ ਜੇਕਰ ਕੋਈ ਮਜ਼ਾਕ ਕਰ ਰਿਹਾ ਇਸ ਤਰ੍ਹਾਂ ਦਾ ਮਜ਼ਾਕ ਜਿਹੜਾ ਕਰਨਾ ਉਹ ਬਹੁਤ ਇਹਦੇ ਚ ਲੋਕਾਂ ਦੀ ਜਿਹੜਾ ਆਹਤ ਵੀ ਹੁੰਦੀ ਹੈ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਕਰਨੀ ਚਾਹੀਦੀ ਚੰਡੀਗੜ੍ਹ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ 라ਠੀ ਨਿਊਜ਼ 18 ਪੰਜਾਬ